अमृतसर के कोल वेरका इलाके एक नवा मामला सामने आया जिथे कि महिला के वलों अपनी गली के रहने वाले रिश्तेदार के खिलाफ कंप्लेट की गई थी, जिसनों समझाने लिए पुलिस मौके पर पहुंची। पुलिस के सामने ही महिला ने छत तो छलांग लगा दी। की है पूरा मामला, आओ देखते हैं। मेरा नाम रजवंत कौर। साडा गली तो लड़ाई झगड़ा सीगा, उस तो वादा वादा वाद गया। मतलब चाचियां नाल मैं कोठे तो मजबूर किया गया, मजबूर किया गया छलांग। मैनू इंचार्ज साहब आए सी, लेडी मुलाजम सी, एक मुलाजम ही ते नाल चाचे ताए ही सारे, वो मौका वेखण आए ही गे। मौका वेखदे वेखदे मतलब कि उत्थे गल वध गई, बोलचाल हो गया आपच चाचियां नाल, चाचे नाल बोलदे बोलदे मतलब कि कहिंदे कि एक दूजे दे सिर मूँह पाड़ो ते फिर मतलब चौंकी आओ, फिर ढाडे ते परचे कट्टे जाने आ। करदे करदे बोलदे बोलदे मैं मतलब अपने कोठे जा के बह गई। बैठदे बैठदे उन्हां नाल लेडी मुलाजम नूं फोन किया भी ਇੱਥੇ ਆਓ, ਲੇਡੀ ਨੂੰ ਲੈ ਕੇ ਜਾਣਾ। ਮੈਨੂੰ ਕਹਿੰਦੇ ਕਿ ਥੱਲੇ ਆ, ਤੈਨੂੰ ਲੈ ਕੇ ਜਾਣਾ। ਲੇਡੀ ਆ ਗਈ, ਲੇਡੀ ਮੁਲਾਜ਼ਮ ਆ ਗਈ, ਮੈਨੂੰ ਕਹਿੰਦੇ ਥੱਲੇ ਆ, ਤੈਨੂੰ ਲੈ ਕੇ ਜਾਣਾ, ਚੌਂਕੀ ਲੈ ਕੇ ਜਾਣਾ, ਚੌਂਕੀ ਚੱਲ। ਮੈਂ ਕਿਹਾ ਕਿ ਮੈਂ ਨਹੀਂ ਜਾਣਾ ਵੀ, ਮੈਂ ਕਿਹਾ ਮੇਰਾ ਮੈਂ ਨਹੀਂ ਜਾਣਾ, ਮੇਰਾ ਕੋਈ ਇਹਨਾਂ ਨਾਲ ਕੋਈ ਫੈਸਲਾ ਨਹੀਂ, ਮੈਂ ਨਹੀਂ ਜਾਣਾ। ਕਹਿੰਦੇ ਕਿ ਜਾਣਾ, ਤੈਨੂੰ ਲੈ ਕੇ ਹੀ ਜਾਣਾ, ਕਿੱਦਾਂ ਨਹੀਂ ਜਾਏਂਗੀ। ਮੈਂ ਕਿਹਾ ਮੈਂ ਜਾਣਾ ਨਹੀਂ, ਅਤੇ ਮੈਂ ਕਿਹਾ ਮੈਂ ਨਾਲੇ 5:30 ਦਾ ਟਾਈਮ ਹੈ ਸ਼ਾਮ ਦਾ, ਮੈਂ 5:30 ਹੀ ਆਵਾਂਗੀ, ਨਾਲੇ ਮੇਰਾ ਘਰ ਵਾਲਾ ਆਏਗਾ ਤਾਂ ਮੈਂ ਜਾਵਾਂਗੀ। ਕਹਿੰਦੇ ਕਿ ਆਪਾਂ ਹੁਣੇ ਲੈ ਕੇ ਜਾਣਾ। ਮੈਂ ਕਿਹਾ ਮੈਂ ਨਹੀਂ ਲੈ ਕੇ ਜਾਣਾ, ਜੇ ਮੇਰੇ ਨਾਲ ਜ਼ਬਰਦਸਤੀ ਕਰਨੀ ਮੈਂ ਕੋਠੇ ਤੋਂ ਛਾਲ ਮਾਰ ਦੇਣੀ। ਮੈਨੂੰ ਕਹਿੰਦੇ ਗਾੜੀਓ, ਕਹਿੰਦੇ ਕਿ ਮਾਰ। ਲੇਡੀ ਮੁਲਾਜ਼ਮ ਕਹਿੰਦੀ ਮਾਰ ਹਾਂ ਭਲਾ, ਫਿਰ ਕਹਿੰਦੀ। ਮੈਂ ਕਿਹਾ ਕਿ ਮੈਂ ਮਾਰ ਦੇਣੀ, ਕਹਿੰਦੀ ਮਾਰ। ਫਿਰ ਇੰਚਾਰਜ ਸਾਹਿਬ ਵੀ ਕਹਿੰਦੇ ਕਿ ਮਾਰ, ਨਾਲ ਮੁਲਾਜ਼ਮ ਹੀ ਉਹ ਵੀ ਕਹਿੰਦੇ ਕਿ ਮਾਰ। ਮੈਂ ਕਿਹਾ ਕਿ ਮੈਂ ਮਾਰ ਦੇਣੀ ਜੇ ਸੱਚੀ ਮਾਰ ਦੇਣੀ ਜੇ, ਕਹਿੰਦੇ ਕਿ ਮਾਰ। ਇੱਕਦਮ ਮੈਨੂੰ ਇੰਨਾ ਕੁ ਮਜਬੂਰ ਕੀਤਾ, ਇੰਨਾ ਮੇਰੇ 'ਤੇ ਪ੍ਰੈਸ਼ਰ ਪਾਇਆ, ਜਿੰਨੀ ਦੇਰ ਮੈਂ ਛਾਲ ਨਹੀਂ ਮਾਰੀ ਉਹ ਕਹਿਣੋ ਨਹੀਂ ਹਟੇ। ਮਤਲਬ ਕਿ ਛਾਲ ਮਾਰ, ਛਾਲ ਮਾਰ, ਛਾਲ ਮਾਰ। ਮੇਰੇ ਬੇਟੇ ਨੇ ਵੀ ਮੈਨੂੰ ਫੜਿਆ ਹੋਇਆ, ਪਰ ਉਹਨਾਂ ਇੰਨਾ ਕੁ ਜ਼ਿਆਦਾ ਮਜਬੂਰ ਕੀਤਾ ਕਿ ਮੈਂ ਮਤਲਬ ਛਾਲ ਮਾਰ ਦਿੱਤੀ। ਕੀ ਮੰਗ ਕਰਦੇ? ਮੈਂ ਇਹੀ ਮੰਗ ਕਰਦੀ ਕਿ ਉਹਨਾਂ ਨਾਲ ਉਹਨਾਂ 'ਤੇ ਜੋ ਕਾਰਵਾਈ ਬਣਦੀ ਉਹਨਾਂ 'ਤੇ ਉਹ ਕਾਰਵਾਈ ਕੀਤੀ ਜਾਵੇ। ਚਾਚਿਆਂ 'ਤੇ ਵੀ ਸਾਰੇ ਉਸ ਟਾਈਮ ਸਾਰੇ ਇਕੱਠੇ, ਚਾਚੇ ਵੀ ਉੱਥੇ ਹੀ, ਪੁਲਿਸ ਵਾਲੇ ਵੀ ਉੱਥੇ ਹੋਇਆ, ਤਾਂ ਉਹਨਾਂ ਦੇ ਸਾਹਮਣੇ ਹੀ ਹੈ ਜੋ ਕੁਛ ਵੀ ਹੋਇਆ। ਉਹਨਾਂ ਮਤਲਬ ਜੋ ਅਸੀਂ ਮੰਗ ਕਰਦੇ ਉਹਨਾਂ ਕੋਲ ਸਾਡੀ ਉਹ ਉਹਨਾਂ ਕੀਤੀ ਨਹੀਂ, ਉਲਟਾ ਮਤਲਬ ਆਣ ਕੇ ਪ੍ਰੈਸ਼ਰ ਪਾ ਕੇ ਮਤਲਬ ਇਸ ਤਰ੍ਹਾਂ ਮੇਰੇ ਨਾਲ ਇਸ ਤਰ੍ਹਾਂ ਕਰਵਾਇਆ। ਸੱਟ ਪੈਰ ਦੀ ਹੱਡੀ ਟੁੱਟੀ ਜੇ, ਅਤੇ ਵਿੱਚ ਵਾਇਰਲ ਪਈਆਂ, 4-5 ਵਾਇਰਲ ਪਈਆਂ। ਮੇਰਾ ਨਾਮ ਸੁਖਜਿੰਦਰ ਸਿੰਘ ਸੋਨੀ। ਕਿੱਥੇ ਰਹਿੰਦੇ ਹੋ ਜੀ? ਮੈਂ ਆਬਾਦੀ ਸੰਤ ਨਗਰ ਵੇਰਕਾ ਧੁੱਪਸੜੀ ਦਾ ਰਹਿਣ ਵਾਲਾ। ਤੁਹਾਡੀ ਮਿਸੀ ਦਾ ਪਤਾ ਲੱਗਾ, ਸੱਟ ਲੱਗੀ, ਕਿਸ ਤਰ੍ਹਾਂ ਹਾਲਾਤਾਂ ਜੀ ਵੇਖਿਆ ਸੀ? ਜੀ ਮੈਂ ਮਤਲਬ ਕਿ ਕੰਮ 'ਤੇ ਗਿਆ ਹੋਇਆ ਸੀ, ਮੈਂ ਮਿਸਤਰੀਆਂ ਦੇ ਨਾਲ ਦਿਹਾੜੀ ਧੱਪਾ ਕਰਦਾ, ਮਜ਼ਦੂਰ ਹਾਂ ਜੀ, ਅਤੇ ਮੈਂ ਲਾਗੇ ਹੀ ਉੱਥੇ ਪਿੰਡ ਦੇ ਵਿੱਚ ਕੰਮ ਕਰ ਰਿਹਾ ਸੀ, ਅਤੇ ਮੈਨੂੰ ਮੁਹੱਲੇ ਦਾ ਮੁੰਡਾ ਸਾਡਾ ਗੁਆਂਢੀ ਸੀਗਾ, ਉਹ ਮੈਨੂੰ ਬੁਲਾਉਣ ਵਾਸਤੇ ਗਿਆ, ਅਤੇ ਮੈਂ ਜਿਸ ਵੇਲੇ ਆਇਆ ਅਤੇ ਇਹ ਡਿੱਗੇ ਪਏ ਸੀ, ਇਹਨਾਂ 'ਤੇ ਸੱਟ ਲੱਗੀ ਹੋਈ ਸੀ, ਯਾਨੀ ਕਿ ਇਹਨਾਂ ਦਾ ਪੈਰ ਸੁੱਜ ਚੁੱਕਿਆ ਸੀ ਅਤੇ ਇਹਨਾਂ ਕੋਲ ਉੱਠਿਆ ਨਹੀਂ ਜਾ ਰਿਹਾ ਸੀ, ਅਤੇ ਉਸ ਵੇਲੇ ਪੰਜਾਬ ਦੇ ਕਰਮਚਾਰੀ, ਪੰਜਾਬ ਪੁਲਿਸ ਦੇ ਕਰਮਚਾਰੀ ਵੀ ਉੱਥੇ ਸਨ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਨੂੰ ਚੁੱਕ ਕੇ ਹੋਸਪਿਟਲ ਦੇ ਵਿੱਚ ਭੇਜਿਆ ਜਾਵੇ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਤਾਂ ਗਰੀਬ ਕੋਲ ਪੈਸਾ ਕੋਈ ਨਹੀਂ ਹੈ, ਅਤੇ ਮੈਂ ਇਹਦਾ ਇਲਾਜ ਕਿੱਥੋਂ ਕਰਵਾਵਾਂ, ਅਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਸਰਕਾਰੀ ਹੋਸਪਿਟਲ ਦੇ ਵਿੱਚ ਦਾਖਲ ਕਰਵਾ, ਅਤੇ ਮੈਂ ਇਹਨਾਂ ਨੂੰ ਦਾਖਲ ਤਾਂ ਨਹੀਂ, ਇਹਨਾਂ ਨੂੰ ਇਕੱਲਾ ਲੈ ਕੇ ਗਿਆ, ਫਿਰ ਮੈਂ ਇਹਨਾਂ ਨੂੰ ਥਾਣੇ ਦੇ ਕੋਲ ਲੈ ਕੇ ਚਲਾ ਗਿਆ, ਥਾਣੇ ਦੇ ਬੂਹੇ ਗਾੜੀ ਇਹਨਾਂ ਨੂੰ ਮੈਂ ਉੱਥੇ ਬਿਠਾ ਦਿੱਤਾ, ਅਤੇ ਮੈਂ ਕਿਹਾ ਵੀ ਮੈਂ ਮੇਰੇ ਵੱਸ ਦਾ ਰੋਗ ਨਹੀਂ ਹੈ, ਮੈਂ ਜਾ ਰਿਹਾ। ਇਹ ਵਾਰ ਵਾਰ ਇਹੀ ਬਿਆਨ ਦੇ ਰਹੇ ਕਿ ਮੈਨੂੰ ਪੁਲਿਸ ਵਾਲਿਆਂ ਨੇ ਜਾਂ ਮੇਰੇ ਚਾਚਿਆਂ ਨੇ ਮਤਲਬ ਬਿਆਨ ਦੇ ਰਹੀ ਸੀ ਕਿ ਮੈਨੂੰ ਇਹਨਾਂ ਨੇ ਮਜਬੂਰ ਕੀਤਾ, ਮੈਨੂੰ ਛਲਾਂਗ ਮਾਰਨ ਤੋਂ, ਮੈਨੂੰ ਆਤਮ ਹੱਤਿਆ ਕਰਨ ਤੋਂ ਮਜਬੂਰ ਕਰ ਦਿੱਤਾ। ਮੈਂ ਦੁਖੀ ਹੋ ਗਈ ਇਹਨਾਂ ਦੇ ਤੋਂ, ਪਰੇਸ਼ਾਨ ਹੋ ਕੇ ਮਤਲਬ ਕਿ ਮੈਂ ਇਹ ਕੰਮ ਕੀਤਾ, ਦਬਾਅ ਥੱਲੇ ਆ ਕੇ, ਅਤੇ ਬਾਅਦ ਵਿੱਚ ਫਿਰ ਮੈਂ ਇਹਨਾਂ ਨੂੰ ਸਰਕਾਰੀ ਵੇਰਕੇ ਦਾ ਹੋਸਪਿਟਲ ਉੱਥੇ ਲੈ ਕੇ ਗਿਆ, ਫਿਰ ਉੱਥੋਂ ਮਤਲਬ ਕਿ ਇਹਨਾਂ ਨੂੰ ਰੈਫਲਰ ਕਰਕੇ ਇੱਥੇ ਗੁਰੂ ਨਾਨਕ ਹੋਸਪਿਟਲ ਭੇਜਿਆ ਗਿਆ। ਹੁਣ ਕੀ ਮੰਗ ਕਰਦੇ ਹੋ? ਹੁਣ ਮੇਰੀ ਮੰਗ ਇਹੀ ਹੈ ਕਿ ਮੇਰੇ ਜਿਹੜੇ ਚਾਚੇ ਆ ਅਤੇ ਜਾਂ ਜਿਹੜੇ ਮੌਕੇ 'ਤੇ ਮੌਜੂਦ ਜਿਨ੍ਹਾਂ ਦੇ ਦਬਾਅ ਥੱਲੇ ਆ ਕੇ ਇਹ ਕਦਮ ਮਤਲਬ ਇਹਨੇ ਚੁੱਕਿਆ, ਅਤੇ ਜੋ ਵੀ ਪੁਲਿਸ ਕਰਮਚਾਰੀਆਂ ਨੇ ਇਹ ਕਰਵਾਇਆ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਠੀਕ, ਬਸ।
ਇਹ ਨਾ ਜੀ ਜਿਹੜਾ ਰਜਵੰਤ ਕੌਰ ਹੈ, ਰਜਵੰਤ ਕੌਰ ਦਾ ਨਰਿੰਦਰ ਸਿੰਘ ਵਾਸੀ ਧੁੱਪ ਸੜੀ ਹੋਣਾਂ ਦੇ ਨਾਲ ਆਪਸ ਵਿੱਚ ਜਿਹੜਾ ਮਤਲਬ ਘਰ ਨੂੰ ਦਰਵਾਜ਼ਾ ਕੱਢਣ ਨੂੰ ਲੈ ਕੇ ਕੋਈ ਆਪਸ ਵਿੱਚ ਝਗੜਾ ਸੀ ਇਹਨਾਂ ਦਾ, ਉਹਦੇ ਸੰਬੰਧੀ ਚੌਕੀ ਇੰਚਾਰਜ ਮਿਲਕ ਪਲਾਂਟ ਜਿਹੜੇ ਆ ਉਹ ਮੌਕੇ 'ਤੇ ਵੀ ਗਏ ਸੀ। ਇਹ ਜਿਹੜੀ ਲੇਡੀ ਸੀ ਰਜਵੰਤ ਕੌਰ, ਇਹ ਕਿਤੇ ਉੱਪਰ ਛੱਤ ਦੇ ਉੱਤੇ ਚੜ੍ਹ ਗਈ ਸੀ ਅਤੇ ਇਹਨੂੰ ਲੇਡੀ ਪੁਲਿਸ ਲੈ ਕੇ ਵੀ ਉੱਥੋਂ ਸਮਝਾਇਆ, ਲਾਉਣ ਦੀ ਕੋਸ਼ਿਸ਼ ਕੀਤੀ, ਪਰ ਇਹਨੇ ਨਾਲ ਦੇ ਘਰ ਜਿਹੜੀ ਆ ਉਹਨਾਂ ਦੇ ਜਿਨ੍ਹਾਂ ਨਾਲ ਝਗੜਾ ਸੀ ਛਾਲ ਮਾਰਤੀ, ਬਟ ਉਹ ਕੋਈ ਵੀ ਘਰ ਦਾ ਮੈਂਬਰ ਉਹ ਘਰ ਨਹੀਂ ਸੀ ਹੈਗਾ। ਕਿਸੇ ਨੇ ਨਹੀਂ ਕੋਈ ਉਕਸਾਇਆ, ਬਟ ਉਹ ਜਾਂਚ ਕਰਾਂਗੇ ਅਸੀਂ ਜੇਕਰ ਕੋਈ ਪੁਲਿਸ ਦੇ ਰਿਗਾਰਡਿੰਗ ਕੋਈ ਗੱਲ ਆਈ। ਅਤੇ ਇਹਨੂੰ ਗੁਰੂ ਨਾਨਕ ਹੋਸਪਿਟਲ ਜਿਹੜਾ ਐਡਮਿਟ ਕਰਾਇਆ ਗਿਆ ਵਾ, ਅਤੇ ਜਿਹੜੀ ਆ ਜਿਹੜੀ ਵੀ ਕਾਰਵਾਈ ਬਣਦੀ ਆ ਉਹ ਅਸੀਂ ਕਰਾਂਗੇ। ਆਵਾਜ਼ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।